ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੀ ਹਾਂ, ਤੁਹਾਡਾ ਆਪਣਾ ਸ਼ੋਅ ਰੂਹਾਨੀਅਤ ਗੱਲਾਂ। ਮੈਂ ਤੁਹਾਨੂੰ ਹਮੇਸ਼ਾ ਮੁਖਾਤਿਬ ਕਰਾਇਆ ਸਿੱਖ ਬੁੱਧੀਜੀਵੀ ਨਾਲ, ਲੇਕਿਨ ਅੱਜ ਇਸ ਸ਼ੋਅ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਗੁਰਮਤਿ ਸੰਗੀਤ ਬਾਰੇ, ਗੁਰਮਤਿ ਵਿਚਾਰ ਬਾਰੇ। ਜਦ ਗੁਰਬਾਣੀ ਦੇ ਵਿੱਚ ਅਸੀਂ ਉਹਨੂੰ ਆਪਣੀ ਲਾਈਫ ਦੇ ਵਿੱਚ, ਜਿਹੜੀ ਗੁਰਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਿਖਾਉਂਦੀ ਹੈ, ਅਤੇ ਉਹਦੇ ਵਿੱਚ ਜਿਹੜਾ ਗੁਰਮਤਿ ਸੰਗੀਤ ਹੈ ਉਹ ਸਾਨੂੰ ਕੀ ਸਿੱਖਿਆ ਦਿੰਦਾ, ਉਸ ਸੰਗੀਤ ਤੋਂ ਸਾਨੂੰ ਕੀ ਕੁਝ ਸਿੱਖਣਾ ਚਾਹੀਦਾ ਔਰ ਕੀ ਕੁਝ ਲੋੜ ਹੈ ਆਪਣੀ ਲਾਈਫ ਦੇ ਵਿੱਚ ਉਹਨੂੰ ਇੰਪਲੀਮੈਂਟ ਕਰਨ ਦੇ ਲਈ। ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹਾਂ, ਅਸੀਂ ਸੁਣਦੇ ਹਾਂ ਕਿ ਅੱਜ ਭਾਈ ਸਾਹਿਬ ਨੇ ਬਹੁਤ ਹੀ ਵਧੀਆ ਕੀਰਤਨ ਜਿਹੜਾ ਉਹ ਕੀਤਾ ਔਰ ਅਸੀਂ ਉਹਨੂੰ ਸਰਵਣ ਕੀਤਾ, ਲੇਕਿਨ ਅਸੀਂ ਸਰਵਣ ਕਰਦੇ ਹਾਂ ਕਿ ਨਹੀਂ ਕਰਦੇ? ਜੇਕਰ ਸਰਵਣ ਕਰਦੇ ਹਾਂ ਤਾਂ ਕੀ ਉਸ ਨੂੰ ਆਪਣੀ ਲਾਈਫ ਦੇ ਵਿੱਚ ਅਸੀਂ ਇੰਪਲੀਮੈਂਟ ਕਰਦੇ ਹਾਂ ਕਿ ਨਹੀਂ ਕਰਦੇ? ਇਹ ਸਵਾਲ ਬਣੇ ਹੋਏ ਨੇ। ਅੱਜ ਮੈਂ ਤੁਹਾਨੂੰ ਮੁਖਾਤਿਬ ਕਰਾ ਰਿਹਾ ਭਾਈ ਸਾਹਿਬ ਬਾਈ ਸੁਰਜੀਤ ਸਿੰਘ ਜੀ, ਲੌਂਗ ਆਈਲੈਂਡ ਵਾਲੇ। ਪਿਛਲੇ 50 ਸਾਲਾਂ ਤੋਂ ਉਹਨਾਂ ਨੂੰ ਗੁਰਮਤਿ ਸੰਗੀਤ ਦੀ ਉਹਨਾਂ ਦੇ ਕੋਲ ਤਾਲਿਮ ਹੈ, ਜੋ ਕਿ ਉਹ ਸਿਰਫ ਖੁਦ ਹੀ ਨਹੀਂ ਕਰਦੇ, ਉਹ ਬੱਚਿਆਂ ਨੂੰ ਵੀ, ਵਿਦਿਆਰਥੀਆਂ ਨੂੰ ਵੀ ਟ੍ਰੇਨ ਕਰਦੇ ਹੈ ਅਤੇ ਉਹਨਾਂ ਨੂੰ ਵੀ ਸਿਖਾਉਂਦੇ ਹੈ ਕਿ ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਵਿੱਚ ਕੀ ਡਿਫਰੈਂਸ ਹੈ। ਮੇਰਾ ਪਹਿਲਾ ਸਵਾਲ ਵੀ ਉਹਨਾਂ ਨੂੰ ਇਹੀ ਬਣਦਾ, ਲੇਕਿਨ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਉਹਨਾਂ ਦੇ ਨਾਲ ਕਰਨਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੇ ਨਾਲ ਤਬਲੇ ਦੇ ਵਿੱਚ ਮੌਜੂਦ ਨੇ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ, ਅਤੇ ਸੁਰਜੀਤ ਸਿੰਘ ਜੀ ਦਾ ਸਾਥ ਦੇ ਰਹੇ ਨੇ ਭਾਈ ਸਾਹਿਬ ਭਾਈ ਕਿਸ਼ਨ ਸਿੰਘ ਜੀ, ਜੋ ਕਿ ਪੂਰੀ ਇੱਕ ਟੀਮ ਹੈ ਔਰ ਗੁਰਬਾਣੀ ਦੇ ਜ਼ਰੀਏ, ਸ਼ਬਦ ਕੀਰਤਨ ਦੇ ਜ਼ਰੀਏ ਉਹ ਸੰਗਤਾਂ ਨੂੰ ਨਿਹਾਲ ਕਰਦੇ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰੂਹਾਨੀਅਤ ਗੱਲਾਂ ਦੇ ਵਿੱਚ। ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਇਸ ਸ਼ੋਅ ਦੇ ਵਿੱਚ ਆਪਣਾ ਟਾਈਮ ਦਿੱਤਾ। ਅਤੇ ਸਭ ਤੋਂ ਪਹਿਲਾ ਸਵਾਲ ਮੇਰਾ ਉਹੀ ਦਰਸ਼ਕਾਂ ਦੇ ਲਈ, ਜੋ ਕਿ ਮੇਰੇ ਵੀ ਜ਼ਿਹਨ ਦੇ ਵਿੱਚ ਹੈ, ਉਹਨਾਂ ਦੇ ਜ਼ਿਹਨ ਦੇ ਵਿੱਚ ਹੈ, ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ। ਖਾਸ ਤੌਰ 'ਤੇ ਮੈਂ ਪ੍ਰੈਸ਼ਰ ਕਰ ਰਿਹਾ ਇਸ ਵਰਡ ਨੂੰ, ਗੁਰਮਤਿ ਸੰਗੀਤ ਕੀ ਡਿਫਰੈਂਸ ਆ? ਸ਼ਾਸਤਰੀ ਸੰਗੀਤ ਜਿਹੜਾ ਹੈ ਹਿੰਦੁਸਤਾਨੀ ਸੰਗੀਤ ਵਿੱਚ, ਉਹਦੇ ਵਿੱਚ ਰਾਗ ਹੁੰਦਾ ਪ੍ਰਮੁੱਖ, ਅਤੇ ਗੁਰਮਤਿ ਸੰਗੀਤ ਵਿੱਚ ਸ਼ਬਦ ਪ੍ਰਧਾਨ ਹੈ ਜੀ, ਰਾਗ ਦੂਜੇ ਨੰਬਰ 'ਤੇ ਹੈ ਜੀ। ਸਾਜ ਜਿਹੜੇ ਨੇ ਉਹ ਸ਼ਬਦ ਨੂੰ ਪਹੁੰਚਾਉਣ ਦਾ ਇੱਕ ਸਾਧਨ ਨੇ, ਮੁੱਖ ਸਾਜ ਨਹੀਂ ਹੈ, ਆਵਾਜ਼ ਸ਼ਬਦ ਨੂੰ ਪਹੁੰਚਾਉਣ ਦਾ ਇੱਕ ਸਾਧਨ ਹੈ ਬਸ। ਅਤੇ ਜੇ ਵਾਜੇ ਤਬਲਿਆਂ ਦੀ, ਸਾਜਾਂ ਦੀ ਆਵਾਜ਼ ਵੱਧ ਹੈ, ਸ਼ਬਦ ਦਾ ਪਤਾ ਨਾ ਲੱਗੇ, ਤਾਂ ਫਿਰ ਸ਼ਬਦ ਕੀਰਤਨ ਨਹੀਂ, ਸ਼ਬਦ ਕੀਰਤਨ ਦੀ ਕੋਈ ਵੈਲਿਊ ਨਹੀਂ ਨਹੀਂ ਜੀ। ਮੁੱਖ ਸਾਡਾ ਸ਼ਬਦ ਹੈ, ਸ਼ਬਦ ਦੀ ਸੋਝੀ ਆਉਣੀ ਚਾਹੀਦੀ ਹੈ। ਜਿਹੜੇ ਪੁਰਾਤਨ ਕੀਰਤਨੀਏ ਸਨ ਨਾ, ਉਹ ਦੁਰਪਤ ਵਗੈਰਾ ਜਦੋਂ ਗਾਉਂਦੇ ਸਨ, ਉਹ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਗਾਣਾ ਹੁੰਦਾ ਸੀ ਉਸਨੂੰ ਉਸਦਾ ਪਾਠ ਕਰਕੇ ਸੁਣਾ ਦਿੰਦੇ ਸੀ, ਫਿਰ ਸ਼ੁਰੂ ਕਰਦੇ ਸੀ ਉਸ ਰਾਗ ਨੂੰ, ਸ਼ਬਦ ਨੂੰ, ਜਾਂ ਸ਼ਬਦ ਦੇ ਐਂਡ ਵਿੱਚ ਉਸਦਾ ਪਾਠ ਕਰਕੇ ਵਾਜੇ 'ਤੇ ਸੁਣਾਉਂਦੇ ਸੀ ਪੂਰਾ ਸ਼ਬਦ ਜੀ। ਇਹ ਪਹਿਲੇ ਚੱਲਦਾ ਸੀ, ਉਹ ਜਿਹੜੀ ਪ੍ਰਥਾ ਅੱਜ ਖਤਮ ਹੁੰਦੀ ਜਾ ਰਹੀ ਹੈ। ਕਿਤੇ ਨਾ ਕਿਤੇ ਭਾਈ ਸਾਹਿਬ ਜੀ ਦਾ ਕਹਿਣ ਦਾ ਆਧਾਰ ਹੈ ਕਿ ਉਹ ਅਲੋਪ ਹੁੰਦੀ ਜਾ ਰਹੀ ਹੈ ਜੋ ਪੁਰਾਤਨ ਸਮੇਂ ਦੇ ਵਿੱਚ ਚੱਲਦੀ ਸੀਗੀ, ਜੋ ਵਿਸਥਾਰ ਉਸ ਬਾਣੀ ਦੇ ਵਿੱਚ ਸੀਗਾ, ਉਸ ਕੀਰਤਨ ਦੇ ਵਿੱਚ ਸੀਗਾ, ਉਹ ਕਿਤੇ ਨਾ ਕਿਤੇ ਅਲੋਪ ਹੁੰਦਾ ਹੋਇਆ ਜਾ ਰਿਹਾ। ਲੇਕਿਨ ਸਾਡੇ ਸ਼ੋਅ ਦਾ ਇਹੀ ਮਕਸਦ ਹੈ, ਉਹਨਾਂ ਅਲੋਪ ਹੋਈਆਂ ਚੀਜ਼ਾਂ ਨੂੰ, ਉਹਨਾਂ ਅਲੋਪ ਹੋਇਆ ਕੀਰਤਨ ਨੂੰ, ਉਹਨਾਂ ਅਲੋਪ ਹੋਇਆ ਗੁਰਬਾਣੀਆਂ ਦੇ ਵਿਚਾਰਾਂ ਨੂੰ ਮੁੜ ਤੋਂ ਇਸ ਸ਼ੋਅ ਦੇ ਜ਼ਰੀਏ ਤੁਹਾਨੂੰ ਲਿਆਂਦਾ ਜਾਵੇ, ਤੁਹਾਨੂੰ ਉਹਨਾਂ ਗੱਲਾਂ ਨਾਲ ਮੁਖਾਤਿਬ ਕਰਾਇਆ ਜਾਵੇ। ਅਤੇ ਮੈਂ ਜ਼ਰੂਰ ਚਾਹਾਂਗਾ ਭਾਈ ਸਾਹਿਬ ਤੋਂ ਕਿ ਉਹ ਸ਼ੁਰੂਆਤ ਕਰਨ ਆਪਣੇ ਰਾਗ ਦੇ ਨਾਲ, ਔਰ ਉਸ ਰਾਗ ਦਾ ਵੀ ਜਿਹੜਾ ਜੋ ਉਹ ਰਾਗ ਸਾਨੂੰ ਸਮਝਾਉਂਦਾ ਉਹਦੇ ਬਾਰੇ ਵੀ ਸਾਨੂੰ ਜ਼ਰੂਰ ਦੱਸਣ। ਸਭ ਤੋਂ ਪਹਿਲਾਂ ਹੈ ਬਾਣੀ ਦੀ ਪੰਕਤੀ ਹੈ, ਕੀਰਤਨ ਨਿਰਮੋਲਕ ਹੀਰਾ ਜੀ।
ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਪ੍ਰਧਾਨ ਭਗਤੀ ਮੰਨੀ ਹੈ ਕੀਰਤਨ ਜੀ, ਪਰ ਅਸੀਂ ਅੱਜ ਉਸ ਤੋਂ ਉਲਟ ਚੱਲ ਪਏ ਹਾਂ। ਕੀਰਤਨ ਨੂੰ ਅਸੀਂ ਮਨੋਰੰਜਨ ਬਣਾ ਲਿਆ, ਐਂਟਰਟੇਨਮੈਂਟ ਬਣਾ ਲਿਆ, ਕਰੈਕਟ। ਕੁਛ ਸਿੱਖ ਨਹੀਂ ਰਹੇ। ਕੀਰਤਨ ਇੱਕ ਸਾਧਨਾ ਸੀ, ਭਗਤੀ ਸੀਗੀ, ਭਗਤੀ ਸੀ ਕਿ ਤੁਸੀਂ ਲੀਨ ਹੋ ਜਾਓ, ਪਰ ਹੁਣ ਆਵਾਜ਼ੇ ਤਬਲਿਆਂ ਨਾਲ ਇਤਨੀ ਗੂੰਜ ਪਾ ਦਿੰਦੇ ਨੇ, ਉਹ ਮਨੋਰੰਜਨ ਬਣ ਕੇ ਰਹਿ ਜਾਂਦਾ, ਸ਼ਬਦ ਤੋਂ ਟੁੱਟ ਜਾਂਦੇ ਹਾਂ ਅਸੀਂ ਜੀ। ਜੋ ਅਸਲੀ ਵਿਚਾਰ ਨੇ, ਜੋ ਸਾਨੂੰ ਸਿਖਾਉਣਾ ਚਾਹੁੰਦਾ, ਜੋ ਰਾਗ ਦੇ ਜ਼ਰੀਏ ਜੋ ਮੈਸੇਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਪਾਇਆ, ਗੁਰੂ ਸਾਹਿਬ ਨੇ ਰਾਗ ਇਸੇ ਲਈ ਪਾਏ ਸਨ ਤਾਂ ਕਿ ਉਹ ਟਿਕਾ ਬਣਿਆ ਰਹੇ ਜੀ। ਜੀ ਕਈ ਆਖਦੇ ਨਾ ਕਿ ਰਾਗ ਮਾੜੀ ਚੀਜ਼ ਹੈ, ਇਹ ਕੋਠਿਆਂ 'ਤੇ ਵੀ ਗਾਇਆ ਜਾਂਦਾ ਹੈ, ਪਰ ਗੁਰੂ ਸਾਹਿਬ ਨੇ ਸਾਰੀ ਬਾਣੀ ਰਾਗਾਂ ਵਿੱਚ ਉਚਾਰਨ ਕੀਤੀ ਹੈ। ਉਦਾਹਰਨ ਤੌਰ 'ਤੇ ਜੇ ਸੋਨਾ ਕਿਧਰੇ ਚਿੱਕੜ ਵਿੱਚ ਪੈ ਜਾਏ, ਗੰਦਗੀ ਵਿੱਚ ਪੈ ਜਾਏ, ਜੇ ਸੋਨੇ ਨੂੰ ਬਾਹਰ ਕੱਢ ਲਿਆ ਜਾਏ ਤਾਂ ਉਹਦਾ ਕੁਝ ਘਟਦਾ ਹੈ ਨਹੀਂ, ਉਹ ਸੋਨਾ ਸੋਨਾ ਹੀ ਰਹਿੰਦਾ, ਸੋਨਾ ਸੋਨਾ ਹੀ ਰਹਿੰਦਾ, ਰਾਗ ਰਾਗ ਹੀ ਹੈ, ਉਹਦੀ ਚਮਕ ਉਨੀ ਹੁੰਦੀ ਹੈ ਜਿੰਨੀ ਪਹਿਲਾਂ ਸੀਗੀ ਜੀ। ਅਤੇ ਮੈਂ ਜ਼ਰੂਰ ਚਾਹੁੰਦਾ ਕਿ ਤੁਸੀਂ ਉਦਾਹਰਣ ਦਿਓ, ਮੈਂ ਚਾਹੁੰਦਾ ਕਿ ਤੁਸੀਂ ਸ਼ੁਰੂਆਤ ਕਰੋ ਉਸ ਰਾਗ ਦੇ ਨਾਲ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਨੇ 31 ਰਾਗ ਵਿੱਚ ਬਾਣੀ ਉਚਾਰਨ ਕੀਤੀ, 31 ਰਾਗਾਂ ਵਿੱਚ ਜੀ, ਅਤੇ ਉਹਨਾਂ ਵਿੱਚੋਂ 19 ਰਾਗ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗਾਏ ਨੇ। ਸੋ ਫਸਟ ਥਿੰਗ, ਮੈਨੂੰ ਵੀ ਪਹਿਲੀ ਵਾਰ ਪਤਾ ਚੱਲਿਆ ਕਿ 31 ਰਾਗ ਨੇ ਔਰ 31 ਰਾਗਾਂ ਦੇ ਵਿੱਚੋਂ 19 ਰਾਗ ਜਿਹੜੇ ਨੇ ਉਹ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤੇ ਨੇ। ਅਤੇ ਕੁਝ ਰਾਗ ਤਾਂ ਇੱਕ ਐਸੇ ਨੇ ਜੋ ਸਿਰਫ ਗੁਰੂ ਸਾਹਿਬ ਨੇ ਹੀ ਗਾਏ, ਹਿੰਦੁਸਤਾਨ ਦੇ ਸੰਗੀਤਾਂ ਵਿੱਚ ਨਹੀਂ ਹੈਗੇ ਉਹ ਰਾਗ। ਟਰੂ, ਐਸੇ ਰਾਗ ਵੀ ਗੁਰੂ ਸਾਹਿਬ ਵਿੱਚ ਨੇ। ਅਤੇ ਅੱਜ ਉਨ੍ਹੀਂ ਰਾਗਾਂ ਨਾਲ ਤੁਹਾਨੂੰ ਕਰਾਵਾਂਗੇ ਮੁਖਾਤਿਬ। ਅੱਜ ਦਾ ਟੀਚਾ ਇਹੀ ਹੈ ਕਿ ਉਹਨਾਂ ਰਾਗਾਂ ਦੇ ਬਾਰੇ ਤੁਹਾਨੂੰ ਜਾਣੂ ਕਰਵਾਈਏ ਜੋ ਰਾਗ ਗੁਰਬਾਣੀ ਯਾਨੀ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਔਰ ਸਿਖਾਉਂਦੇ ਹਨ, ਉਹ ਕੀ ਸਿਖਾਉਂਦੇ ਹਨ ਉਹ ਵੀ ਜਾਣਾਂਗੇ। 17 ਰਾਗਾਂ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਹੈ। 29 ਰਾਗਾਂ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨੇ ਉਚਾਰਨ ਕੀਤੀ ਹੈ। 30 ਰਾਗਾਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਚਾਰਨ ਬਾਣੀ ਕੀਤੀ ਹੈ। ਇੱਕ ਅਖੀਲਾ ਰਾਗ ਹੈ ਰਾਗ ਜੈਜਾਵੰਤੀ, ਉਸ ਦੇ ਵਿੱਚ ਸਿਰਫ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 4 ਸ਼ਬਦ ਨੇ ਬਸ। ਜੋ ਗਾਉਂਦਾ ਰਾਗ ਉਹਨੂੰ ਕਿਹਾ ਜਾਂਦਾ ਹੈ ਰਾਗੀ। ਇਹੀ ਅੱਜ ਉਹ ਟੀਮ ਹੈ, ਇਹੀ ਉਹ ਰਾਗੀ ਜੱਥਾ ਜੋ ਅੱਜ ਤੁਹਾਨੂੰ ਰਾਗ ਦੇ ਬਾਰੇ ਵਿਸਥਾਰ ਦੇ ਵਿੱਚ ਦੱਸਣਗੇ। ਸਭ ਤੋਂ ਪਹਿਲਾਂ ਜਿਵੇਂ ਇੱਕ ਰਾਗ ਮਾਜ ਹੈ, ਉਹ ਹੋਰ ਸੰਗੀਤਾਂ ਵਿੱਚ ਨਹੀਂ ਮਿਲਦਾ, ਕਿਉਂਕਿ ਰਾਗ ਮਾਜ ਦੀ ਉਪਜ ਮਾਝੇ ਤੋਂ ਉੱਥੇ ਦੀ ਲੋਕ ਧੁੰਨ ਸੀ। ਦੋਜ਼ ਹੂ ਡੋਂਟ ਨੋ ਅਬਾਊਟ ਮਾਝਾ, ਆਈ ਵਿਲ ਜਸਟ ਟੈਲ ਯੂ, ਮਾਝਾ ਮਾਲਵਾ ਦੁਆਬਾ ਦੇ ਆਰ ਦ 3 ਫੇਸਿਸ ਆਫ ਪੰਜਾਬ। ਅਤੇ ਮੈਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੋ ਹੋਰ ਗ੍ਰੰਥਾਂ ਵਿੱਚ ਨਹੀਂ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਰਾਗ ਤੁਖਾਰੀ ਜੀ, ਰਾਗ ਤੁਖਾਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗਾਇਆ ਜੀ, ਗੁਰੂ ਰਾਮਦਾਸ ਪਾਤਸ਼ਾਹ ਨੇ ਗਾਇਆ ਜੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗਾਇਆ। ਔਸਮ, ਵੀ ਆਰ ਬਲੈਸਡ ਕੀ ਵੀ ਗੋਨਾ ਲਿਸਨ ਦਿਸ ਟੁਡੇ। ਅਤੇ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਅਸਥਾਈ 1-1 ਤੁਕ ਉਹਦੀ ਮੈਂ ਪੜ੍ਹ ਕੇ ਆਪ ਜੀ ਨੂੰ ਸੁਣਾ ਦਿੰਦਾ, ਕਿਉਂਕਿ ਰਾਗ ਤੁਖਾਰੀ ਐਸਾ ਰਾਗ ਹੈ ਜੀ ਜਿਸ ਵਿੱਚ ਗੰਧਾਰ ਕੋਮਲ ਲੱਗਦਾ ਹੈ ਜੀ, ਦੋਵੇਂ ਮੱਧਮ ਲੱਗਦੇ ਹਨ ਜੀ, ਦੋਵੇਂ ਨਿਸ਼ਾਦ ਲੱਗਦੇ ਹਨ। ਮੈਂ ਸਰਗਮ ਨਾਲ ਸੁਣਾ ਕੇ ਪਹਿਲੇ ਸੁਣਾ। ਸਾ ਗ ਮਾ ਪਾ ਮਾ ਧਾ ਨੀ ਪਾ ਧਾ ਮਾ ਪਾ ਗ ਰੇ ਨੀ
ਵੱਖਰਾ ਕਰ ਦਿੰਦਾ ਹੈ। ਦੋਵੇਂ ਮੱਧਮ ਆ ਗਏ ਨੇ, ਸਟਾਰਟਿੰਗ ਜਿਹੜੀ ਉਹ ਮਧਵੰਤੀ ਰੂਪ ਦਾ ਨਜ਼ਰ ਆਉਂਦਾ ਹੈ, ਪਰ ਜਦੋਂ ਦੂਜਾ ਮੱਧਮ ਲੱਗਦਾ ਉਸ ਤੋਂ ਵੱਖਰਾ ਹੋ ਜਾਂਦਾ। ਬਿਲਕੁਲ, ਆਈ ਜਸਟ ਵਾਂਟ ਟੂ ਟੈਲ ਦੀ ਵਿਊਅਰਸ, ਸੀ ਮਾਈ ਗੂਸ ਬੰਪਸ, ਆਈ ਐਮ ਸਿਟਿੰਗ ਨੈਕਸਟ ਟੂ ਹਿਮ, ਆਈ ਐਮ ਬਲੈਸਡ ਜੀ। ਇਹਦੇ 'ਚ ਛੋਟਾ ਜਿਹਾ ਸ਼ਬਦ ਦੀ ਬੰਦਿਸ਼ ਹੈਗੀ ਹੈ, 10 ਮਾਤਰਾ ਵਿੱਚ ਰਾਗ ਤੁਖਾਰੀ ਅਤੇ ਤਾਲ ਜਪਤਾਲ 10 ਮਾਤਰਾ। ਨੀਰੇ ਕੋਨੇ ਰੱਖ ਲਿਆ, ਸੰਤਾਨ ਕਾ ਸਦੀਕਾ, ਸੰਤਾਨ ਕਾ ਸਦੀਕਾ, ਸਤ ਗੁਰ ਢਾਕ ਲਿਆ, ਮੋਹਿ ਪਾਪੀ ਪੜਿਦਾ, ਢਾਕਨ ਹਾਰੇ ਪ੍ਰਭੁ ਹਮਾਰ ਜੀ ਪ੍ਰਾਣੀ ਸੁਖ ਦਾਤੇ, ਅਬ ਨਾਸੀ ਅਭਿਗਤ ਸੁਵਾਨ ਪੂਰਨ ਪੁਰਖ ਵਿਧਾਤੇ, ਸੰਤਨ ਕਾ ਸਦਕਾ। ਇਹ ਜਾਣਾ ਚਾਹਾਂਗਾ ਮੈਂ ਜ਼ਰੂਰ, ਨਿਰਗੁਣ ਆਖਦੇ ਨੇ ਜਿਹਦੇ ਵਿੱਚ ਕੋਈ ਗੁਣ ਨਾ ਹੋਵੇ ਜੀ। ਸੰਤਨ ਦਾ ਮਤਲਬ ਸਾਧ ਸੰਗਤ ਦੀ ਬਦੌਲਤ ਮੇਰੀ ਅਕਾਲ ਪੁਰਖ ਨੇ ਇੱਜ਼ਤ ਪੱਤ ਰੱਖ ਲਈ ਜੀ। ਸਤਿਗੁਰੂ ਢਾਕ ਲਿਆ ਮੋਹਿ ਪਾਪੀ ਪੜਦਾ, ਸਤਿਗੁਰੂ ਨੇ ਜਿਹੜੇ ਮੇਰੇ ਅੰਦਰ ਐਬ ਸਨ ਨਾ ਉਹਨਾਂ ਨੂੰ ਛੁਪਾ ਰੱਖੇ ਨੇ। ਓਕੇ, ਐਸਾ ਪਰਮਾਤਮਾ ਦਿਆਲੂ ਹੈ, ਗੁਰੂ ਹੈ ਕਿ ਹਰ ਮਨੁੱਖ ਦੇ ਅੰਦਰ ਆਪਣੇ ਐਬ ਨੂੰ ਉਹ ਆਪ ਜਾਣਦਾ ਮੇਰੇ ਅੰਦਰ ਕੀ ਔਗੁਣ ਹੈਗੇ ਨੇ, ਪਰ ਪਰਮਾਤਮਾ ਵੀ ਜਾਣਦਾ ਹੈ, ਪਰ ਉਹ ਉਦੋਂ ਉਗਾੜਦਾ ਨਹੀਂ ਕੁਛ ਕਰ, ਉਹ ਜਸ ਸਿਖਾਉਂਦੇ ਨੇ ਕਿ ਤੁਸੀਂ ਇਹਦਾ ਨਿਪਟਾਰਾ ਕਿਵੇਂ ਪਾ ਸਕਦੇ ਹੋ, ਉਸ ਤੋਂ ਛੁਟਕਾਰਾ ਪਾਉਣਾ ਆਪਣੇ ਆਪ ਨੂੰ ਜੀ। ਅਤੇ ਹੁਣ ਬਾਬਾ ਜੀ ਜੇਕਰ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ, ਗੁਰੂ ਅਮਰਦਾਸ ਸਾਹਿਬ ਜੀ ਨੇ, ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਰਾਗ ਉਹ ਵੀ ਗਾਉਂਦੇ ਸੀਗੇ, ਉਹਨਾਂ ਨੂੰ ਵੀ ਸ਼ੌਂਕ ਸੀਗਾ ਜਦੋਂ ਸੰਗਤ ਦੇ ਵਿੱਚ ਬੈਠਦੇ ਸੀਗੇ ਅਤੇ ਉਸ ਇਲਾਹੀ ਬਾਣੀ ਦਾ ਜਿਹੜਾ ਆਨੰਦ ਮਾਣਦੇ ਸੀਗੇ ਅਤੇ ਨਾਲ ਸਰਵਣ ਵੀ ਕਰਾਉਂਦੇ ਸੀਗੇ ਸੰਗਤ ਨੂੰ। ਅਤੇ ਅੱਜ ਤੁਹਾਨੂੰ ਪ੍ਰੈਕਟੀਕਲ ਲਾਈਫ ਦੇ ਵਿੱਚ ਦੇਖ ਕੇ ਲੱਗਦਾ ਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਉਹ ਕਿਸ ਵੱਲ ਕਿਸ ਪਾਸੇ ਤੁਰ ਰਹੀ ਹੈ ਕਿ ਅੱਜ ਉਹ ਸੁਣਦੀ ਹੈ, ਕਿਉਂਕਿ ਤੁਸੀਂ ਵੀ ਡਿਫਰੈਂਟ ਡਿਫਰੈਂਟ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹੋ ਅਤੇ ਸੁਣਨ ਦੀ ਜਿਹੜੀ ਸ਼ਕਤੀ ਹੈ ਯਾਨੀ ਕਿ ਲਿਸਨਿੰਗ ਸਕਿੱਲ ਜਿਹੜੀ ਆ ਉਹ ਵੇਖਦੇ ਹੋ ਕਿ ਅੱਜ ਦੀ ਜਨਰੇਸ਼ਨ ਦੇ ਵਿੱਚ ਹੈ ਕਿ ਨਹੀਂ? ਵੇਖਣ ਨੂੰ ਜਿਹੜਾ ਮਿਲਦਾ ਹੈ ਨਾ, ਜਿਹੜੇ ਬੱਚਿਆਂ ਨੂੰ ਹੁਣ ਕੀਰਤਨ ਦਾ ਸ਼ੌਕ ਪੈਦਾ ਹੋਇਆ ਹੈ, ਉਹਨਾਂ ਦੀ ਰੁਚੀ ਇਸ ਪਾਸੇ ਮੁੜੀ ਹੈ ਕੀਰਤਨ ਵੱਲ ਜੀ, ਬਲਕਿ ਇੰਡੀਆ ਵਿੱਚ ਘਟੀ ਹੋਈ ਹੈ। ਬਾਹਰਲੇ ਮੁਲਕਾਂ ਵਿੱਚ ਮਾਂ ਬਾਪ ਪੇਰੈਂਟਸ ਇਸ ਪਾਸੇ ਥੋੜ੍ਹਾ ਧਿਆਨ ਦੇ ਰਹੇ ਨੇ,
ਸੋ ਵੀ ਕੈਨ ਸੇ ਇਟ ਇਜ਼ ਅਦਰ ਟੈਲੈਂਟ, ਇੱਕ ਅਦਰ ਅਦਰ ਕ੍ਰੀਏਟੀਵਿਟੀ ਹੈਗੀ ਹੈ ਜਿਹਨੂੰ ਗੁਰਮਤਿ ਸੰਗੀਤ ਨੂੰ ਸਿੱਖੇ ਕੋਈ ਤਾਂ ਉਹ ਆਪਣੀ ਲਾਈਫ ਦੇ ਵਿੱਚ ਇੱਕ ਤਾਂ ਬਾਣੀ ਨਾਲ ਜੁੜੇਗਾ ਔਰ ਉਸ ਰੱਬ ਦੇ ਨਾਲ ਜੁੜੇਗਾ, ਉਹਦੇ ਮਨ ਦੀ ਸ਼ਾਂਤੀ ਵੀ ਟਿਕਾਅ ਵਿੱਚ ਬਣੀ ਰਹੇਗੀ, ਕਿਉਂਕਿ ਹਰ ਵੇਲੇ ਉਹਦੇ ਅੰਦਰ ਰਾਗ ਚੱਲਦਾ ਰਹੇਗਾ, ਸ਼ਬਦ ਚੱਲਦਾ ਰਹੇਗਾ, ਕਰੈਕਟ, ਉਹ ਤੁਹਾਨੂੰ ਅੰਦਰ ਉਹਦੇ ਅੰਦਰ ਗੂੰਜਦੀ ਰਹੇਗੀ ਹਰ ਵੇਲੇ, ਕਰੈਕਟ, ਰੂਹਾਨੀਅਤ ਗੱਲਾਂ ਦੇ ਜ਼ਰੀਏ ਤੁਹਾਨੂੰ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਮੈਂ ਬਲੈਸਡ ਹਾਂ ਕਿ ਆਈ ਐਮ ਸਿਟਿੰਗ ਨੈਕਸਟ ਟੂ ਭਾਈ ਸਾਹਿਬ ਜੀ ਅਤੇ ਸੁਣ ਰਿਹਾ ਅਤੇ ਵਾਕਈ ਦਿਸ ਇਜ਼ ਗਿਵਿੰਗ ਮੀ ਦੀ ਹਿਲਰ, ਇਟਸ ਅ ਕਾਇੰਡ ਆਫ ਹਿਲਰ, ਯੂ ਕੈਨ ਮੇਕ ਯੋਰ ਮਾਇੰਡ ਇਨ ਟੂ ਸੱਚ ਪੋਜ਼ਿਟਿਵ ਐਕਸਪੈਕਟਸ ਦੈਟ ਆਲ ਦੀ ਨੈਗੇਟਿਵਿਟੀ ਗੋਨ ਐਲੀਮੀਨੇਟ ਫਰੋਮ ਯੋਰ ਬ੍ਰੇਨ, ਫਰੋਮ ਯੋਰ ਬੋਡੀ। ਹੋਰ ਕੀ ਰਾਗ ਦੇ ਵਿੱਚ ਹੈ, ਰਾਗ ਸਾਨੂੰ ਕੀ ਸਿਖਾਉਂਦਾ, ਰਾਗ ਤੋਂ ਅਸੀਂ ਕੀ ਸਿੱਖ ਕੇ ਘਰ ਦੇ ਵਿੱਚ ਲੈ ਕੇ ਜਾ ਸਕਦੇ ਹਾਂ, ਰਾਗ ਕਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਨਿਪਟਾਰਾ ਕਰ ਸਕਦਾ, ਇਸੇ ਬਾਰੇ ਕਰਾਂਗੇ ਵਿਚਾਰ ਵਟਾਂਦਰਾ। ਫਿਲਹਾਲ ਮੈਂ ਰੁਕ ਰਿਹਾ ਇੱਕ ਨਿੱਕੇ ਜਿਹੇ ਵਕਫੇ ਲਈ, ਵਕਫੇ ਤੋਂ ਬਾਅਦ ਸਾਡੀ ਇਹ ਪੇਸ਼ਕਸ਼ ਬਦਸਤੂਰ ਜਾ ਰਹੀ ਹੈ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ, ਇਸ ਸ਼ੋਅ ਦੇ ਵਿੱਚ ਜਿਹਦਾ ਨਾਂ ਹੈ ਰੂਹਾਨੀਅਤ ਗੱਲਾਂ। ਅੱਜ ਅਸੀਂ ਕਰ ਰਹੇ ਹਾਂ ਵਿਚਾਰ ਵਟਾਂਦਰਾ ਰਾਗਾਂ ਬਾਰੇ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਜਿਹੜੇ ਲਿਖੇ ਗਏ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ, ਉਹਨਾਂ ਰਾਗਾਂ ਦਾ ਕੀ ਮਤਲਬ ਹੈ, ਉਹ ਵਿਸਥਾਰ ਦੇ ਵਿੱਚ ਅਸੀਂ ਕਰ ਰਹੇ ਹਾਂ ਵਿਚਾਰ ਵਟਾਂਦਰਾ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਦੇ ਨਾਲ। ਇਹਨਾਂ ਤੋਂ ਮੈਂ ਹੁਣ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ ਕਿ ਘਰ ਮਹਿ, ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਘਰ ਚੌਥਾ, ਜੋ ਕਿ ਅਸੀਂ ਲਗਾਤਾਰ ਸੁਣਦੇ ਆਏ ਹਾਂ, ਇਹਦਾ ਮਤਲਬ ਕੀ ਹੈ, ਰਾਗ ਦੇ ਵਿੱਚ ਇਹਨੂੰ ਕਿਸ ਤਰੀਕੇ ਨਾਲ ਵੇਖਿਆ ਜਾਂਦਾ। ਅਤੇ ਭਾਈ ਸਾਹਿਬ ਜੀ, ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਜੋ ਅਸੀਂ ਸੁਣਦੇ ਵੀ ਹੈਗੇ ਹਾਂ, ਹਾਂਜੀ, ਕਈ ਵਾਰ ਅਸੀਂ ਸੁਣਿਆ, ਇਹਦਾ ਅਸਲੀ ਮਾਇਨਾ ਕੀ ਹੈ? ਘਰ ਤੋਂ ਭਾਵ ਹੈ, ਸੰਬੰਧ ਰੱਖਦਾ ਹੈ ਤਾਲ ਨਾਲ ਜੀ, ਅਤੇ ਜਿਹੜਾ ਤਾਲ ਵੱਜ ਰਿਹਾ ਹੈ ਉਸਦੇ ਵਿੱਚ ਕਿੰਨੀ ਤਾਲੀ ਲੱਗ ਰਹੀ ਹੈ ਜੀ, ਹਰ ਤਾਲ ਦੀ ਤਾਲੀਆਂ ਹੁੰਦੀਆਂ ਨੇ, ਓਕੇ, ਅਤੇ ਜਿਹੜਾ ਜਿਹੜੇ ਤਾਲ ਵਿੱਚ ਜਿੰਨੀ ਤਾਲੀਆਂ ਨੇ ਉਹ ਘਰ ਹੈ, ਓਕੇ, ਜਿਵੇਂ ਇੱਕ ਦਾਦਰਾ ਹੈ ਉਹਦੇ ਵਿੱਚ ਇੱਕ ਤਾਲੀ ਆਉਂਦੀ ਹੈ, ਉਹ ਦਾਦਰਾ ਹੈ, ਛੇ ਮਾਤਰਾ ਦਾ, ਸੱਤ ਮਾਤਰਾ ਰੂਪਕ ਤਾਲ ਹੈ ਉਹਦੇ ਵਿੱਚ ਦੋ ਤਾਲੀਆਂ ਨੇ, ਘਰ ਦੂਜਾ ਹੈ, ਓਕੇ, ਤਿੰਨ ਤਾਲ ਹੈ ਉਹਦੇ 'ਚ ਤਿੰਨ ਤਾਲੀਆਂ ਨੇ, ਉਹ 16 ਮਾਤਰਾ ਦੀ ਤਾਲ ਹੈ, ਉਹਦੇ 'ਚ ਤਿੰਨ ਤਾਲੀਆਂ ਨੇ, ਉਹਦਾ ਨਾਂ ਤਿੰਨ ਤਾਲ ਹੈ, ਓਕੇ। ਇਸੇ ਤਰ੍ਹਾਂ ਹੀ ਆਸਾ ਰਾਗ ਵਿੱਚ 17 ਘਰ ਤੱਕ ਬਾਣੀ ਉਚਾਰਨ ਹੋਈ ਹੈ, ਓਕੇ, ਜਿਹਦੇ ਵਿੱਚ ਜਿਸ ਤਾਲ ਵਿੱਚ 17 ਤਾਲੀਆਂ ਆ ਰਹੀਆਂ ਨੇ, ਓਕੇ, ਉਹ ਮਾਤਰਾ ਫਿਰ 40-45-50 ਤੋਂ ਉੱਪਰ ਜਾਂਦੀਆਂ ਨੇ ਤਾਲ ਦੀ, ਓਕੇ, 100 ਤੱਕ ਵੀ ਜਾਂਦੀਆਂ ਤਾਲ ਦਾ, ਓਕੇ, ਪਰ ਗੁਰੂ ਸਾਹਿਬ ਨੇ 17 ਤੱਕ ਤਾਲੀਆਂ ਤੱਕ ਘਰ ਤੱਕ ਬਾਣੀ ਉਚਾਰੀ ਜੀ। ਅਤੇ ਗੁਰੂ ਸਾਹਿਬ ਜਦੋਂ ਬਾਣੀ ਉਚਾਰਦੇ ਸਨ ਨਾ, ਜਿਵੇਂ ਕੋਈ ਮਹਿਮਾਨ ਆਉਣਾ ਹੋਵੇ ਤਾਂ ਉਹਦੇ ਲਈ ਅਸੀਂ ਸੁੰਦਰ ਆਸਣ ਵਿਛਾਉਂਦੇ ਹਾਂ ਨਾ, ਅਤੇ ਭਾਈ ਮਰਦਾਨੇ ਨੂੰ ਆਖਦੇ ਸੀ, ਮਰਦਾਨੇ ਫਣਾਣੇ ਰਾਗ ਦੀ ਸੁਰ ਛੇੜ, ਬਾਣੀ ਆਈ ਹੈ। ਕਿਆ ਬਾਤ, ਸਾਰੇ ਵੱਖਰੇ ਵੱਖਰੇ ਰਾਗ ਨੇ, ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਰਾਗ ਮਾਝ ਵਿੱਚ ਜੀ, ਅਤੇ ਮੈਂ ਤੁਹਾਨੂੰ ਇੱਕ ਸ਼ਬਦ ਸੁਣਾ ਦਿੰਦਾ ਜੀ, ਜ਼ਰੂਰ, ਰਾਗ ਮਾਝ ਜਿਹੜਾ ਹੈ ਨਾ, ਜ਼ਰੂਰ, ਬੜਾ ਡਿਫਰੈਂਟ ਰਾਗ ਹੈ, ਜ਼ਰੂਰ, ਇਹ ਲੋਕ ਧੁਨ ਤੋਂ ਰਾਗ ਬਣਾਇਆ ਗਿਆ ਹੈ ਜੀ, ਅਤੇ ਮੈਂ ਛੋਟਾ ਜਿਹਾ ਤੁਹਾਨੂੰ ਸੁਣਾ, ਡੈਫੀਨੇਟਲੀ, ਜਿਮ ਬਾਰੀ ਸੈ ਅਮਰਾ
ਧਾਰਾ। ਵੈਰੀ ਨਾਈਸ। ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਸਭ ਕੁਛ ਘਰ ਦੇ ਵਿੱਚ ਬਾਹਰ ਨਹੀਂ, ਐਵਰੀਥਿੰਗ ਇਜ਼ ਇਨ ਯੋਰ ਹਾਊਸ। ਦਿਸ ਮੈਨੂੰ ਲੱਗਦਾ ਇਹ ਰਾਗ ਇਹੀ ਸਮਝਾਉਣ ਦੀ ਕੋਸ਼ਿਸ਼ ਕਰਦਾ ਜੀ, ਸਭ ਕੁਛ ਤੁਹਾਡੇ ਅੰਦਰ ਹੈ। ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ। ਭਾਈ ਸਾਹਿਬ, ਇੱਕ ਰਾਗ ਹੁੰਦੇ ਆ ਜਿਹੜੇ ਸਵੇਰੇ ਦੇ ਵਿੱਚ ਅਸੀਂ ਉਚਾਰਨ ਕਰਦੇ ਹਾਂ, ਰਾਗਾਂ ਦਾ ਟਾਈਮ ਵੀ ਵੱਖਰਾ ਵੱਖਰਾ ਹੈ, ਟਾਈਮ ਵੱਖਰਾ ਵੱਖਰਾ ਹੈ, ਇਹਦੇ ਪਿੱਛੇ ਕੀ ਕਾਰਨ ਹੈ ਉਹ ਜ਼ਰੂਰ ਜਾਣਨਾ ਚਾਹਾਂਗਾ। ਸਮੇਂ ਦਾ ਅਸਰ ਬੜਾ ਹੁੰਦਾ ਹੈ। ਓਕੇ, ਤੇ ਜਿਵੇਂ ਹੁਣ ਅੰਮ੍ਰਿਤ ਵੇਲਾ ਹੈ, ਤੇ ਅੰਮ੍ਰਿਤ ਵੇਲੇ ਦੇ ਜਿਹੜੇ ਰਾਗ ਨੇ, ਰਾਗ ਪ੍ਰਭਾਤੀ ਵਿਭਾਸ, ਓਕੇ, ਰਾਗ ਆਸਾ, ਓਕੇ, ਰਾਗ ਗੌੜੀ, ਰਾਗ ਗੌੜੀ, ਓਕੇ, ਅੰਮ੍ਰਿਤ ਵੇਲੇ ਦੇ ਰਾਗ ਨੇ ਜੀ। ਤੇ ਦੁਪਹਿਰ ਦਾ ਰਾਗ ਹੈ ਰਾਗ ਸਾਰੰਗ। ਰਾਗ ਸਾਰੰਗ, ਇਹਦੇ ਵਿੱਚ ਕੀ ਡਿਫਰੈਂਸ? ਉਹਨਾਂ ਦਾ ਚਲਨ ਦਾ, ਉਹਨਾਂ ਦੇ ਸੁਰਾਂ ਦਾ ਇਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਕਿ ਉਸ ਸਮੇਂ ਨੂੰ ਉਜਾਗਰ ਕਰਦੇ ਨੇ। ਅੱਛਾ, ਪ੍ਰੈਕਟੀਕਲ ਅਗਰ ਅਸੀਂ ਨਹੀਂ ਸੋਚੀਏ ਕਿ ਸਵੇਰੇ ਜਦ ਅਸੀਂ ਉੱਠਦੇ ਹਾਂ ਤਾਂ ਫਰੈਸ਼ ਹੁੰਦੇ ਹਾਂ। ਹਾਂ, ਉਹਦੇ ਬੜਾ ਟਿਕਾਓ, ਉਹਨਾਂ ਰਾਗਾਂ ਦਾ ਮੁਖੜਾ, ਉਹਨਾਂ ਦਾ ਜਿਹੜਾ ਮੁੱਖ ਅੰਗ ਹੈ ਉਹ ਇੱਦਾਂ ਦਾ ਹੋਏਗਾ ਟਿਕਾਓ ਵਾਲਾ ਕਿ ਜਿਵੇਂ ਅੰਮ੍ਰਿਤ ਵੇਲਾ ਹੈਗਾ। ਔਰ ਜਦ ਅਸੀਂ ਕੰਮ ਕਰਨ ਜਾਂਦੇ ਹਾਂ ਤਾਂ ਫਿਰ ਉਹ ਜਿਉਂ ਜਿਉਂ ਜੋ ਦਿਨ ਨਿਕਲਦਾ ਉਹਨਾਂ ਰਾਗਾਂ ਦਾ ਉਹ ਵੀ ਬਦਲਦਾ। ਔਸਮ। ਔਰ ਉਸ ਤੋਂ ਬਾਅਦ ਜਦ ਸ਼ਾਮ ਨੂੰ ਕੰਮ ਕਰਕੇ ਵਾਪਸ ਆਉਂਦੇ ਹਾਂ, ਉਹ ਰਾਗ ਵੱਖਰੇ ਨੇ, ਉਹ ਡਿਫਰੈਂਟ ਰਾਗ। ਹਾਂ, ਅਤੇ ਸ਼ਾਮ ਦੇ ਰਾਗ ਵੱਖਰੇ ਨੇ। ਸ਼ਾਮ ਦੇ ਤੇ 6 ਵਜੇ ਤੋਂ ਬਾਅਦ ਰਾਗਾਂ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਓਕੇ, ਓਕੇ, ਜਿਵੇਂ ਦਿਨ ਦੇ 4 ਪਹਿਰ ਨੇ, ਰਾਤ ਦੇ 4 ਪਹਿਰ ਨੇ। ਓਕੇ, ਅਤੇ ਉੱਥੇ ਰਾਗਾਂ 'ਚ ਲਿਖਿਆ ਇਹ ਰਾਗ ਅੰਮ੍ਰਿਤ ਵੇਲੇ ਦੇ ਪਹਿਲੇ ਪਹਿਰ ਵਿੱਚ ਗਾਣਾ ਪਾਓ, 6 ਤੋਂ 9 ਤੱਕ। ਓਕੇ, ਜੋ ਅਸੀਂ 6 ਤੋਂ 12 ਰਾਜ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਉਹ ਸ਼ਾਮ ਦਾ ਰਾਗ ਹੈ। ਸ਼ਾਮ ਦਾ ਰਾਗ, ਸ਼ਾਮ ਦੇ ਰਾਗ ਵੱਖਰੇ ਨੇ। ਸ਼ਾਮ ਨੂੰ ਰਾਜ ਸਾਹਿਬ ਦੇ ਵਿੱਚ ਅਸੀਂ ਉਹ ਪੜ੍ਹਦੇ ਹਾਂ, ਉਹ ਨਹੀਂ ਰਾਗ ਉੱਥੇ ਅੰਮ੍ਰਿਤ ਵੇਲੇ ਦੇ ਵੀ ਗੁਜਰੀ ਰਾਗ ਸਵੇਰ ਦਾ। ਓਕੇ, ਓਕੇ, ਆਸਾ ਰਾਗ ਸਵੇਰ ਦਾ। ਓਕੇ, ਉਸ ਸ਼ਬਦ ਇਕੱਠੇ ਕਰਕੇ ਸੋਦਰ ਦੇ ਪਾਠ ਬਣਾਇਆ ਹੈ। ਓਕੇ, ਪੰਥ ਨੇ। ਓਕੇ, ਪਰ ਰਾਗ ਉਹਨਾਂ 'ਚ ਵੱਖਰੇ ਵੱਖਰੇ ਨੇ। ਸੋ ਫਿਲੋਸਫੀ ਅੱਜ ਜ਼ਰੂਰ ਸਮਝ ਆ ਰਹੀ ਹੈ ਰਾਗਾਂ ਦੀ ਸਾਨੂੰ, ਔਰ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਸਮਝ ਆ ਰਹੀ ਹੋਣੀ ਹੈ। ਅਤੇ ਮੈਂ ਜ਼ਰੂਰ ਭਾਈ ਸਾਹਿਬ ਜੀ ਤੋਂ ਚਾਹੁੰਦਾ ਕਿ ਇੱਕ ਅਜਿਹਾ ਰਾਗ ਸਾਨੂੰ ਜ਼ਰੂਰ ਸਰਵਣ ਕਰਾਉਣ ਜੋ ਅੱਜ ਦੀ ਨਵੀਂ ਪਨੀਰੀ ਨੂੰ ਸੁਣਨ ਦੀ ਅਤੇ ਜਾਣਨ ਦੀ ਲੋੜ ਹੈ। ਇੱਕ ਜੈਜਾਵੰਤੀ ਰਾਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅਖੀਲਾ ਰਾਗ, ਉਹ ਮੈਂ ਸੁਣਾ ਦਿੰਦਾ ਜੀ। ਜ਼ਰੂਰ। ਬੀਤ ਜੈ ਹੈ, ਬੀਤ ਜੈ ਹੈ, ਬੀਤ ਜੈ ਹੈ, ਬੀਤ ਜੈ ਹੈ, ਜਨਮ ਅਕਾਜ ਰੇ, ਜਨਮ ਅਕਾਜ ਰੇ, ਬੀਤ ਜੈ ਹੈ, ਬੀਤ ਜੈ, ਦੀਨ ਸੁਣ ਕੇ ਪੂਰਾ ਸਮਝਤ ਨਰਿਆ ਜਾਨ, ਨਿਸ ਦੀਨ ਸੁਣ ਕੇ ਪੂਰਾ ਸਮਝਤ ਨਰਿਆ ਜਾਨ, ਕਾਲ ਤੋਂ ਪਹੁੰਚੋ ਆਨੇ, ਕਾਲ ਤੋਂ ਪਹੁੰਚੋ ਆਨੇ, ਕਹਾਂ ਜੈ
ਇਟ ਇਜ਼ ਗਿਵਿੰਗ ਮੀ ਵੈਰੀ ਪੋਜ਼ਿਟਿਵ ਐਨਰਜੀ। ਇਹ ਸਾਨੂੰ ਕੀ ਸਮਝਾਉਂਦਾ ਹੈ ਰਾਗ? ਬੀਤ ਜੈ ਹੈ, ਬੀਤ ਜੈ ਹੈ ਜਨਮ ਅਕਾਜ ਰੇ, ਤੇਰਾ ਇੱਕ ਇੱਕ ਦਿਨ ਜਿਹੜਾ ਹੈ ਵਿਅਰਥ ਚਲਿਆ ਜਾ ਰਿਹਾ ਹੈ, ਇਸ ਨੂੰ ਸੰਭਾਲ। ਓਕੇ, ਟਾਈਮ ਹੈ ਤੁਹਾਡੇ ਕੋਲ? ਹਾਂ, ਜਿਹੜੇ ਵੀ ਸਵਾਸ ਬੱਚੇ ਨੇ ਉਹਨਾਂ ਨੂੰ ਸੰਭਾਲ ਕਰ ਲੈ, ਕਿਉਂਕਿ ਅੱਜ ਹੂੰ ਕੁਛ ਵਿਗੜੋ ਨਹੀਂ ਜੋ ਪ੍ਰਭੂ ਗੁਣ ਗਾਵੇ। ਹਾਲੇ ਵੀ ਕੁਝ ਨਹੀਂ ਵਿਗੜਿਆ, ਜਿਹੜੇ ਬੱਚੇ ਨੇ ਉਹਨਾਂ ਨੂੰ ਸੰਭਾਲ ਲੈ। ਜੇ ਤੁਸੀਂ ਰੱਬ ਦਾ ਨਾਂ ਧਿਆ ਲਿਆ ਤੇ ਅਜੇ ਵੀ ਕੁਛ ਨਹੀਂ ਹੋਇਆ, ਯੂ ਹੈਵ ਯੋਰ ਲਾਈਫ ਇਨ ਯੋਰ ਹੈਂਡ ਵਿਚ ਯੂ ਕੈਨ ਸੇਵ। ਸਮਝੋ ਕਿ ਮੈਂ 70 ਦਾ ਹੋ ਗਿਆ, 80 ਦਾ ਹੋ ਗਿਆ, ਜਿਹੜੇ ਬੱਚੇ ਨੇ ਉਹਨਾਂ ਨੂੰ ਸੰਭਾਲ ਲਾ। ਬਿਲਕੁਲ, ਤੇ ਇਹੀ ਰਾਗ ਸਾਨੂੰ ਇਹ ਸਮਝਾਉਂਦਾ ਕਿ ਤੁਹਾਡੀ ਲਾਈਫ ਦੇ ਵਿੱਚ ਹੁਣ ਜਿੰਨੇ ਸਾਲ ਰਹਿ ਗਏ, ਜਿੰਨੇ ਤੁਸੀਂ ਹੋਰ ਲਾਈਫ ਜੀਣੀ ਹੈ, ਜਾਂ ਫਿਰ ਜਿੰਨੇ ਸਾਲ ਤੁਹਾਡੀ ਲਾਈਫ ਦੇ ਵਿੱਚ ਪਏ ਨੇ, ਤੁਸੀਂ ਉਹਨੂੰ ਵੀ ਹਜੇ ਵੀ ਕੁਛ ਵਿਗੜਿਆ ਨਹੀਂ ਹੈ। ਯੂ ਕੈਨ ਸਟਿਲ ਮੇਕ ਯੋਰ ਲਾਈਫ ਮੋਰ ਹੈਪੀ। ਨਿਸ ਦਿਨ ਸੁਣ ਕੇ ਪੁਰਾਨ ਸਮਝਤ ਨਰੇ ਅਜਾਨ, ਦਿਨ ਰਾਤ ਵੇਦਾਂ ਦੇ ਮੰਤਰ ਜਾਂ ਪਾਠ ਸੁਣਦਾ ਹੈ ਤਾਂ ਵੀ ਸਮਝ ਨਹੀਂ ਆ ਰਹੀ ਤੈਨੂੰ? ਸਮਝ ਨਹੀਂ ਰਿਹਾ ਤੂੰ? ਨਹੀਂ ਸਮਝ ਰਿਹਾ। ਕੀ ਬਾਣੀ ਸਮਝਾ ਰਹੀ ਹੈ ਸਾਨੂੰ? ਨਿਸ ਦਿਨ ਸੁਣ ਕੇ ਪੁਰਾਨ ਸਮਝਤ ਨਰੇ ਅਜਾਨ, ਕਾਲ ਤੋਂ ਪਹੁੰਚਿਓ ਆਨ, ਕਾਲ ਆ ਰਿਹਾ ਜਮ। ਉਸਨੇ ਤਾਂ ਪਹੁੰਚਣ ਵਾਲਾ, ਉਹ ਤਾਂ ਕਾਲ ਤੋਂ ਕਹਾਂ ਜੇ ਹੈ ਭਾਜਰੇ, ਭੱਜ ਕੇ ਕਿੱਥੇ ਜਾਏਗਾ? ਉਸ ਤੋਂ ਬਚ ਕੇ ਨਹੀਂ ਜਾ ਸਕਦਾ ਕਿਤੇ ਵੀ, ਇਸ ਲਈ ਸੰਭਲ ਜਾ। ਦੈਟ ਕੈਮਰਾ ਇਜ਼ ਦੇਅਰ, ਉਹ ਕੈਮਰਾ ਲੱਗਿਆ ਹੋਇਆ ਹੈ ਰੱਬ ਦਾ, ਉਹ ਦੇਖ ਰਿਹਾ ਹਰ ਚੀਜ਼, ਹਰ ਚੀਜ਼ ਹੋ ਰਹੀ ਹੈ, ਨੋਟ ਹੋ ਰਹੀ ਹੈ, ਹੀ ਇਜ਼ ਰਾਈਟਿੰਗ ਇਟ ਅਪ। ਉਹ ਲਿਖ ਰਹੇ ਨੇ ਔਰ ਇਹੀ ਸਾਨੂੰ ਰਾਗ ਸਮਝਾ ਰਹੇ ਨੇ ਕਿ ਸ਼ਬਦ ਸਮਝਾ ਰਹੇ ਸਭ ਸਾਨੂੰ ਇਹੀ ਸ਼ਬਦ ਸਮਝਾਉਂਦੇ ਹੈ, ਰਾਗ ਸਾਨੂੰ ਇਹ ਸਮਝਾਉਂਦੇ ਹੈ, ਐਂਡ ਆਫ ਦਾ ਡੇ ਸਾਨੂੰ ਗੁਰਬਾਣੀ ਇਹ ਸਮਝਾਉਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹ ਸਮਝਾਉਂਦੇ ਨੇ ਕਿ ਲਾਈਫ ਦੇ ਵਿੱਚ ਕੁਛ ਵੀ ਕਰਨਾ ਨਾਮੁਮਕਿਨ ਨਹੀਂ ਹੈ। ਲਾਈਫ ਦੇ ਵਿੱਚ ਜੇਕਰ ਤੁਸੀਂ ਪਰੇਸ਼ਾਨ ਹੋ ਤਾਂ ਤੁਸੀਂ ਖੁਸ਼ ਕਿਵੇਂ ਹੋ ਸਕਦੇ ਹੋ? ਜੇਕਰ ਕੋਈ ਡਿਸੀਜ਼ ਤੁਹਾਨੂੰ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਤੁਸੀਂ ਰੱਬ ਨਾਲ ਸਿੱਧਾ ਜਿਹੜਾ ਕਨੈਕਸ਼ਨ ਹੈ ਨਾ, ਡਾਇਰੈਕਟ ਕਨੈਕਸ਼ਨ, ਉਹ ਰਾਬਤਾ ਜਿਹੜਾ ਉਹ ਕਾਇਮ ਕਰ ਸਕਦੇ ਹੋ ਜੇਕਰ ਤੁਸੀਂ ਬਾਣੀ ਦੇ ਨਾਲ ਜੁੜਦੇ ਹੋ। ਬਾਣੀ ਨੂੰ ਕਿੰਨਾ ਸਮਝਦੇ ਹੋ ਔਰ ਆਪਣੀ ਲਾਈਫ ਦੇ ਵਿੱਚ ਕਿਵੇਂ ਇੰਪਲੀਮੈਂਟ ਕਰਦੇ ਹੋ, ਇਹ ਵੀ ਬੇਹੱਦ ਤੁਹਾਡੇ ਲਈ ਜ਼ਰੂਰੀ ਹੈ। ਅਤੇ ਸਾਡੇ ਸ਼ੋਅ ਦਾ ਵੀ ਇਹੀ ਟੀਚਾ ਰਹਿੰਦਾ ਕਿ ਤੁਹਾਨੂੰ ਅਸੀਂ ਇੰਨੀਆਂ ਚੀਜ਼ਾਂ ਨਾਲ, ਅਜਿਹੀਆਂ ਗੱਲਾਂ ਦੇ ਨਾਲ ਰੂਬਰੂ ਕਰਾ ਸਕੀਏ ਜੋ ਕਿ ਤੁਹਾਡੀ ਲਾਈਫ ਦੇ ਵਿੱਚ ਇੱਕ ਸਕਾਰਾਤਮਕ ਸੋਚ ਲੈ ਕੇ ਆਏ, ਉਹ ਪੋਜ਼ਿਟਿਵਿਟੀ ਤੁਹਾਡੀ ਲਾਈਫ ਦੇ ਵਿੱਚ ਆਏ ਜੋ ਤੁਹਾਡੀ ਲਾਈਫ ਨੂੰ ਬੇਹੱਦ ਬੇਹੱਦ ਸੁੱਖ ਪਹੁੰਚਾਏ। ਤੁਹਾਡੀ ਲਾਈਫ ਦੇ ਵਿੱਚ ਸਾਰੇ ਜਿਹੜੇ ਗੱਲਾਂ ਨੇ, ਜੋ ਨੈਗੇਟਿਵਿਟੀ ਤੁਹਾਨੂੰ ਦੇ ਰਹੀ ਹੈ, ਉਸ ਤੋਂ ਨਿਪਟਾਰਾ ਹੋਏ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਕਿਸ਼ਨ ਸਿੰਘ ਜੀ, ਤੁਸੀਂ ਇੱਕ ਅਜਿਹੀ ਮਿਸਾਲ, ਅਜਿਹੀ ਡੈਡੀਕੇਸ਼ਨ ਜਿਹੜੀ ਹੈ ਮੈਨੂੰ ਤਾਂ ਮਿਲੀ ਹੈ ਕਿ ਜਦ ਮੈਂ ਹੁਣ ਨੈਕਸਟ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਜਾਊਂਗਾ ਤਾਂ ਡੈਫੀਨੇਟਲੀ ਜਿਹੜੇ ਰਾਗੀ ਜੱਥੇ ਉੱਥੇ ਸਾਨੂੰ ਸਮਝਾ ਰਹੇ ਹੁੰਦੇ ਆ, ਔਰ ਜਿਹੜਾ ਇੰਸਟਰੂਮੈਂਟਲ ਦੇ ਜ਼ਰੀਏ ਜੋ ਮੈਂ ਕਨੈਕਸ਼ਨ ਹੁਣ ਬਾਬਾ ਜੀ ਦੇ ਨਾਲ ਕਰਨਾ ਚਾਹੁੰਦਾ, ਡੈਫੀਨੇਟਲੀ ਟਰਾਈ ਟੂ ਮੇਕ ਦੈਟ ਕਨੈਕਸ਼ਨ ਵਿਦ ਬਾਬਾ ਜੀ, ਐਂਡ ਡੈਫੀਨੇਟਲੀ ਟਰਾਈ ਟੂ ਮੇਕ ਦੈਟ ਕਨੈਕਸ਼ਨ ਵਿਦ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਦੀ ਫਿਲੋਸਫੀ ਨੂੰ ਜ਼ਰੂਰ, ਜੇਕਰ ਮੈਂ ਇਹ ਸਮਝ ਰਿਹਾ ਤਾਂ ਮੈਨੂੰ ਲੱਗਦਾ ਕਿ ਜਿਹੜੇ ਵਿਊਅਰ ਸਿਸਟਮ ਦੇਖ ਰਹੇ ਨੇ ਉਹ ਵੀ ਜ਼ਰੂਰ ਸਮਝਣਗੇ। ਅਤੇ ਜੇਕਰ ਤੁਸੀਂ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰਾਂ ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹਨਾਂ ਨੂੰ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਸੱਦਣਾ ਚਾਹੁੰਦੇ ਹੋ, ਆਪਣੇ ਘਰ ਦੇ ਪ੍ਰੋਗਰਾਮ ਦੇ ਵਿੱਚ, ਨਿੱਜੀ ਪ੍ਰੋਗਰਾਮ ਦੇ ਵਿੱਚ ਸੱਦਣਾ ਚਾਹੁੰਦੇ ਹੋ, ਜੇਕਰ ਤੁਸੀਂ ਇਹਨਾਂ ਦੇ ਵਿਚਾਰ ਜਾਣਨਾ ਚਾਹੁੰਦੇ ਹੋ, ਤੁਸੀਂ ਇਹਨਾਂ ਨੂੰ ਬੁਲਾ ਸਕਦੇ ਹੋ। ਔਰ ਜੇਕਰ ਤੁਹਾਡੇ ਜ਼ਹਿਨ ਦੇ ਵਿੱਚ ਕੋਈ ਸਵਾਲ ਨੇ ਤਾਂ ਤੁਸੀਂ ਜ਼ਰੂਰ ਈਮੇਲ ਕਰਕੇ ਹੇਠ ਲਿਖੀ ਈਮੇਲ ਦੇ ਵਿੱਚ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਔਰ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਅੱਜ ਦੇ ਇਸ ਖਾਸ ਪੇਸ਼ਕਸ਼ ਦੇ ਵਿੱਚ, ਅੱਜ ਦੇ ਰੂਹਾਨੀਅਤ ਗੱਲਾਂ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਹਰਕਿਰਤ ਸਿੰਘ ਆਲੂਵਾਲੀਆ ਅਤੇ ਭਾਈ ਸਾਹਿਬ ਸੁਰਜੀਤ ਸਿੰਘ ਜੀ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਦਵੋ ਜ਼ਿਆਦਾ ਧੰਨਵਾਦ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬੰਦੇ।